ਸਤਿ ਸ਼੍ਰੀ ਅਕਾਲ, ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ। ਅਤੇ ਜਿੱਥੇ ਸੂਬੇ ਭਰ ਦੇ ਵਿੱਚ ਆਏ ਦਿਨੀ ਜਿਹੜੇ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਨੇ, ਇਸ ਵਿਚਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਐਕਸ਼ਨ ਦੇ ਵਿੱਚ ਨਜ਼ਰ ਆ ਰਿਹਾ। ਦਰਅਸਲ ਪੁਲਿਸ ਦੇ ਵੱਲੋਂ ਓਪਰੇਸ਼ਨ ਕਾਸੋ ਦੇ ਤਹਿਤ ਭੀੜ ਭਾੜ ਵਾਲੀਆਂ ਥਾਵਾਂ 'ਤੇ ਚੈਕਿੰਗ ਕੀਤੀ ਗਈ ਹੈ। ਅਤੇ ਇਸੇ ਦਰਮਿਆਨ ਰੇਲਵੇ ਸਟੇਸ਼ਨ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਦੇ ਵੱਲੋਂ ਚੈਕਿੰਗ ਕਰਕੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਦਰਅਸਲ ਪੁਲਿਸ ਦਾ ਕਹਿਣਾ ਕਿ ਇੱਕ ਪਾਸੇ ਲੋਕ ਸਭਾ ਚੋਣਾਂ ਨੇ ਅਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੇ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹੋ ਰਹੇ ਨੇ, ਇਸੇ ਵਿਚਾਲੇ ਪੁਲਿਸ ਦੇ ਵੱਲੋਂ ਓਪਰੇਸ਼ਨ ਕਾਸੋ ਚਲਾਇਆ ਗਿਆ, ਜਿਸ ਦੇ ਚੱਲਦਿਆਂ ਪੁਲਿਸ ਨੇ ਭੀੜ ਭਾੜ ਵਾਲੀਆਂ ਥਾਵਾਂ 'ਤੇ ਚੈਕਿੰਗ ਕਰਕੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਹੈ। ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ। ਦੱਸ ਦਈਏ ਕਿ ਓਪਰੇਸ਼ਨ ਕਾਸੋ ਦੇ ਤਹਿਤ ਰੇਲਵੇ ਸਟੇਸ਼ਨ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਦੇ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ। ਇਹ ਅੱਜ ਅਸੀਂ ਇੱਕ ਟਾਸਕ ਓਪਰੇਸ਼ਨ ਕੀਤਾ, ਜਿਸ ਦੇ ਵਿੱਚ ਦੋ ਪਾਰਟਸ ਦੇ ਵਿੱਚ ਕੀਤਾ। ਇੱਕ ਅਸੀਂ ਪੈਦਲ ਮਾਰਚ ਕੀਤਾ ਸੋਢੀ ਬਾਜ਼ਾਰ, ਹਸਪਤਾਲ ਬਾਜ਼ਾਰ, ਇੱਕ ਰੇਲਵੇ ਸਟੇਸ਼ਨ ਚੈੱਕ ਕੀਤਾ। ਇਹ ਇਲੈਕਸ਼ਨ ਦੇ ਸੰਬੰਧ ਵਿੱਚ ਕੀਤਾ ਜਾ ਰਿਹਾ ਜੀ। ਇਹਦਾ ਮਕਸਦ ਇੱਕ ਹੀ ਹੈ, ਬਸ ਵੀ ਜਿਹੜੇ ਕ੍ਰਿਮੀਨਲ ਐਲੀਮੈਂਟ ਆ ਉਹਨਾਂ 'ਤੇ ਦਬਾਅ ਪਾਇਆ ਜਾ ਸਕੇ ਔਰ ਜਿਹੜੇ ਆਮ ਪਬਲਿਕ ਆ ਉਹਨਾਂ ਦੇ ਵਿੱਚ ਜਿਹੜੀ ਸੈਂਸ ਆਫ ਸਿਕਿਉਰਿਟੀ ਨੂੰ ਵਧਾਇਆ ਜਾ ਸਕੇ। ਇੱਕ ਤਾਂ ਆਪਾਂ ਪੈਦਲ ਮਾਰਚ ਕੀਤਾ, ਪੈਦਲ ਮਾਰਚ ਦੇ ਦੌਰਾਨ ਜਿਹੜੇ ਆਮ ਪਬਲਿਕ ਆ ਉਹਨਾਂ ਨੂੰ ਆਪਾਂ ਇਹੀ ਅਹਿਸਾਸ ਕਰਵਾਇਆ ਵੀ ਉਹਨਾਂ 'ਚ ਸੈਂਸ ਆਫ ਸਿਕਿਉਰਿਟੀ ਵਧੇ। ਬਾਕੀ ਇੱਥੇ ਜਿੰਨੇ ਵੀ ਸੀਗੇ, ਜਿੰਨੇ ਵੀ ਆਪਾਂ ਨੂੰ ਸਸਪੈਕਟ ਲੱਗ ਰਹੇ ਆ ਉਹਨਾਂ ਨੂੰ ਆਪਾਂ ਚੈੱਕ ਕੀਤਾ ਅਤੇ ਰੇਲਵੇ ਦੇ ਕੁਛ ਰੈਂਡਮਲੀ ਰੇਲਵੇ ਦੇ ਜਿਹੜੇ ਹੈਗੇ ਆ ਡੱਬੇ ਉਹਨਾਂ ਨੂੰ ਚੈੱਕ ਕੀਤਾ। ਇਹ CRPF ਦੀ ਫੋਰਸ ਹੈ ਸਰ। ਆਮ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਵੀ ਪੰਜਾਬ ਪੁਲਿਸ ਉਹਨਾਂ ਲਈ ਸਦਾ ਹੀ ਤਿਆਰ ਹੈ, ਠੀਕ ਹੈ ਨਾ। ਕ੍ਰਿਮੀਨਲ ਐਲੀਮੈਂਟਾਂ ਨੂੰ ਅਸੀਂ ਜਿਹੜਾ ਟੈਕਲ ਕਰਾਂਗੇ ਔਰ ਲੋਕਾਂ ਦੇ ਵਿੱਚ ਇਹੀ ਅਪੀਲ ਆ ਵੀ ਇਲੈਕਸ਼ਨ ਦਾ ਜਿਹੜਾ ਸਮਾਂ ਚੱਲ ਰਿਹਾ ਵੀ ਜਿਹੜੀਆਂ ਰਿਊਮਰਸ ਆ ਜਾਂ ਜਿਹੜੀਆਂ ਅਫਵਾਹਾਂ ਉਹਨਾਂ ਦੇ ਵਿੱਚ ਨਾ ਆਉਣ। ਜੇਕਰ ਉਹਨਾਂ ਨੂੰ ਕਿਸੇ ਮਾੜੇ ਬੰਦੇ ਬਾਰੇ ਇਨਫੋਰਮੇਸ਼ਨ ਮਿਲਦੀ ਆ ਤਾਂ ਮੈਨੂੰ ਉਹ ਪਰਸਨਲੀ ਨੰਬਰ 'ਤੇ ਮੇਰੇ 'ਤੇ ਸ਼ੇਅਰ ਕਰ ਦੇਣ, ਉਹਨਾਂ ਦੀ ਜਿਹੜੀ ਜਾਣਕਾਰੀ ਆ ਉਹ ਗੁਪਤ ਰੱਖੀ ਜਾਊਗੀ। ਮੈਂ ਆਪਦਾ ਨੰਬਰ ਤੁਹਾਨੂੰ ਸ਼ੇਅਰ ਕਰ ਦਿੰਦਾ 7080188101। ਇਸ ਨੰਬਰ ਦੇ ਉੱਤੇ ਪਬਲਿਕ ਮੈਨੂੰ ਕੋਈ ਵੀ ਮੈਸੇਜ ਆ, ਜੇ ਉਹਨਾਂ ਨੂੰ ਕੋਈ ਕ੍ਰਿਮੀਨਲ ਐਕਟੀਵਿਟੀ ਕਿਤੇ ਵੀ ਦਿਖਦੀ ਆ ਤਾਂ ਮੈਨੂੰ ਉਸਦੀ ਜਾਣਕਾਰੀ ਲਿਆ ਸਕੋ ਨੰਬਰ 'ਤੇ।